ਨਮਸਕਾਰ ਮੈਂ ਅੰਜੂ ਵਾਲਾ ਪੰਜਾਬੀ ਅਧਿਆਪਿਕਾ ਅੱਜ ਤੁਹਾਡੇ ਰੂਬਰੂ ਹੋ ਰਹੀ ਹਾਂ ਆਪਣਾ ਇੱਕ ਨਵਾਂ ਵਿਸ਼ਾ ਲੈ ਕੇ ਕਿਰਿਆ ਕਿਰਿਆ ਉਹ ਸ਼ਬਦ ਜਿੰਨਾ ਦੁਆਰਾ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਕਾਲ ਸਹਿਤ ਪਤਾ ਲੱਗੇ ਉਸ ਨੂੰ ਕਿਰਿਆ ਆਖਦੇ ਹਨ ਜਿਵੇਂ ਪੜਦਾ ਹੈ ਖਾਂਦਾ ਹੈ ਖੇੜਦਾ ਹੈ ਇਹ ਕਿਰਿਆ ਸ਼ਬਦ ਹਨ ਕਿਰਿਆਵਾਤੂ ਤੂਤੋਂ ਪੈਦਾ ਹੁੰਦੀਆਂ ਹਨ ਇਹਨਾਂ ਨੂੰ ਕਿਰਿਆ ਦਾ ਮੂਲ ਰੂਪ ਆਖਦੇ ਹਨ ਜਿਵੇਂ ਪੜ ਲਿਖ ਸੁਣਾ ਜੇਕਰ ਸਿੱਖ ਸ਼ਬਦ ਲਈਏ ਪੜ ਪੜ ਤੋਂ ਕਿਹੜੇ-ਕਿਹੜੇ ਸ਼ਬਦ ਬਣਨਗੇ ਪੜ ਜਿਹੜਾ ਉਹ ਕੀ ਹੈ मूल ਰੂਪ ਹੈ ਇਹ ਤੋਂ ਕਿਰਿਆਵਾਂ ਬਣਿਆ ਪੜਿਆ ਪੜੇਗਾ ਪੜੇ ਭਾਵੇਂ ਜਿੰਨੇ ਵੀ ਪੜਨ ਤੋਂ ਜਿਹੜੇ ਸ਼ਬਦ ਬਣ ਗਏ ਉ ਇਸ ਪੜ ਤਾਤੂ ਰੂਪ ਤੋਂ ਬਣਨਗੇ ਜਿਹੜੇ ਇਹ ਕਿਨੇ ਸਾਰੀਆਂ ਕਿਨੇ ਕਿਰਿਆਵਾਂ ਨੇ ਇਸ ਦੇ ਮੂਲ ਰੂਪ ਤੋਂ ਬਣਵਾਲੀਆਂ ਹੈ ਕਿਨੇ ਕਿਰਿਆਵਾਂ ਨੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਅਕਰਮਕ ਕਿਰਿਆ ਉਹ ਕਿਰਿਆ ਜੋ ਕਰਮ ਤੋਂ ਬਿਨਾ ਹੋਵੇ ਜਿਸ ਵਿੱਚ ਕਰਮ ਨਾ ਹੋਵੇ ਸਿਰਫ ਬਾਕ ਵਿੱਚ ਕਰਤਾ ਅਤੇ ਕਿਰਿਆ ਹੀ ਹੋਣ ਕੌਣ ਹੋਣ ਬਾਕ ਵਿੱਚ ਕਰਤਾ ਹੋਵੇ ਅਤੇ ਕਿਰਿਆ ਹੋਵੇ ਪਰ ਕਰਮ ਨਾ ਹੋਵੇ ਇੱਥੇ ਕੀ ਹੈ ਕਰਮ ਨਹੀਂ ਹੁੰਦਾ ਕਰਮ ਨਹੀਂ ਹੁੰਦਾ ਅਸੀਂ ਵੀ ਕਹਿ ਸਕਦੇ ਹਾਂ ਕਿ ਜਦੋਂ ਕਿਰਿਆ ਨਾਲ ਇੱਕ ਪ੍ਰਸ਼ਨ ਪੈਦਾ ਹੋ ਵੀ ਕੀ ਪੈਦਾ ਹੋਵੇ ਪਰ ਸਾਨੂੰ ਉਸ ਵਿੱਚੋਂ ਉਸ ਦਾ ਉੱਤਰ ਨਾ ਮਿਲੇ ਤਾਂ ਉਹ ਕਿਰਿਆ ਅਕਰਮ ਕਿਰਿਆ ਖੌਂਦੀ ਹੈ ਅੱਗੇ ਹੈ ਸਕਰਮ ਕਿਰਿਆ ਉਹ ਕਿਰਿਆ ਜੋ ਕਰਮ ਸਹਿਤ ਹੋਵੇ ਅਰਥਾਤ ਜਿਸ ਵਿੱਚ ਕਰਤਾ ਕਰਮ ਅਤੇ ਕਿਰਿਆ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਹੋਣ ਵਾਕ ਵਿੱਚ ਸਭ ਮਾਯੂਦ ਹੋਣ ਮਾਤਾ ਕੌਣ ਹੈ ਕਰਤਾ ਰੋਟੀ ਕਰਮ ਹੈ ਬਣਾਉਂਦੀ ਹੈ ਕਿਰਿਆ ਹੈ ਇਸੇ ਸਾਨੂੰ ਪਤਾ ਲੱਗਿਆ ਵਾਕ ਵਿੱਚ ਕਰਤਾ ਵੀ ਹੈ ਕਰਮ ਵੀ ਹੈ ਅਤੇ ਕਿਰਿਆ ਵੀ ਹੈ ਤਾਂ ਇਹ ਕਿਰਿਆ ਜਿਹੜੀ ਕੀ ਹੈ ਸਕਰਮਕ ਕਿਰਿਆ ਹੈ ਜੇਕਰ ਅਸੀਂ ਕਹਿ ਦਈਏ ਕਿ ਮਾਤਾ ਕੀ ਬਣਾਉਂਦੀ ਹੈ ਤਾਂ ਸਾਨੂੰ ਆਨਸਰ ਮਿਲ ਗਿਆ ਮਾਤਾ ਰੋਟੀ ਬਣਾਉਂਦੀ ਹੈ ਮੁੰਡਾ ਕੀ ਖੇਡਦਾ ਹੈ ਮੁੰਡਾ ਫੁੱਟਬਾਲ ਖੇਡਦਾ ਹੈ ਕੁੜੀ ਗਾਉਂਦੀ ਹੈ ਕੁੜੀ ਸ਼ਬਦ ਗਾਉਂਦੀ ਹੈ ਮਾਂ ਨੇ ਰੋਟੀ ਖਾ ਲਈ ਜਾ ਮੈਂ ਮੈਂ ਰੋਟੀ ਖਾ ਲਈ ਕੀ ਖਾ ਲਈ ਮੈਂ ਕੀ ਖਾ ਲਈ ਰੋਟੀ ਖਾ ਲਈ ਇਸ ਤੇ ਸਾਨੂੰ ਇਹਦੇ ਵਿੱਚ ਕੀ ਹੈ ਕਿਰਿਆ ਦੇ ਨਾਲ ਸਾਨੂੰ ਉਹਦਾ ਕੀ ਹੈ ਉੱਤਰ ਮਿਲ ਰਿਹਾ ਤਾਂ ਉਹ ਕਿਰਿਆ ਕੀ ਹੈ ਸਕਰਮਕ ਕਿਰਿਆ ਜਿਵੇਂ ਅਸੀਂ ਕੀਤਾ ਕਿ ਕਿਰਿਆ ਦੇ ਮੁੱਖ ਰੂਪ ਵਿੱਚ ਦੋ ਰੂਪ ਨੇ ਅਕਰਮਕ ਅਤੇ ਸਕਰਮਕ ਪਰ ਕਿਰਿਆ ਦੇ ਕੁਝ ਹੋਰ ਰੂਪ ਵੀ ਨੇ ਜਿਵੇਂ ਸੰਸਰਗੀ ਕਿਰਿਆ ਸੰਸਰਗੀ ਕਿਰਿਆ ਉਹ ਕਿਰਿਆ ਜਿੰਨਾ ਵਾਕਾਂ ਵਿੱਚ ਸਿਰਫ ਹੈ ਜਾਂ ਸੀ ਸ਼ਬਦ ਹੀ ਕਿਰਿਆ ਰੂਪ ਵਿੱਚ ਵਰਤੇ ਜਾਣ ਉਹਨਾਂ ਨੂੰ ਸੰਸਰਗਿ ਕਿਰਿਆ ਕਿਹਾ ਜਾਂਦਾ ਹੈ ਮੋਹਨ ਹੁਸ਼ਿਆਰ ਹੈ ਇਸ ਵਿੱਚ ਹੈ ਸ਼ਬਦ ਹੀ ਕਿਰਿਆ ਲਈ ਵਰਤਿਆ ਗਿਆ ਕਿਉਂਕਿ ਹੁਸ਼ਿਆਰ ਕੀ ਹੈ ਉਹਦੀ ਵਿਸ਼ੇਸ਼ਤਾ ਹੈ ਮੋਹਨ ਕੌਣ ਹੈ ਕਰਤਾ ਤਾਂ ਇਹਦੇ ਵਿੱਚ ਕੋਈ ਵੀ ਕਿਰਿਆ ਹੋਰ ਨਹੀਂ ਸਿਰਫ ਹੈ ਸ਼ਬਦ ਹੀ ਕਿਰਿਆ ਲਈ ਵਰਤਿਆ ਗਿਆ ਤਾਂ ਜੋ ਕਿਰਿਆ ਵਿੱਚ ਸਿਰਫ ਹੈ ਜਾਂ ਸੀ ਸ਼ਬਦ ਹੀ ਵਰਤੇ ਜਾਣ ਤਾਂ ਕਿਹੜੀ ਕਿਰਿਆ ਖਵਾਉਂਦੀ ਹੈ ਸੰਸਰਗਿਕ ਕਿਰਿਆ ਅਖਾਉਂਦੀ ਹੈ ਦੂਜੀ ਹੈ ਸਹਾਇਕ ਕਿਰਿਆ ਜਦੋਂ ਸੰਸਰਗਿਕ ਕਿਰਿਆ ਦੀ ਮਦਦ ਨਾਲ ਦੋ ਸ਼ਬਦ ਹੋਰ ਲੱਗ ਜਾਣ ਚਾਹੀਦਾ ਜਾਂ ਸਕਦਾ ਕਿਰਿਆ ਰੂਪ ਵਰਤੇ ਜਾਣ ਹੈ ਤੇ ਸੀ ਨਾਲ ਹੋਰ ਸ਼ਬਦ ਚਾਹੀਦਾ ਅਤੇ ਸਕਦਾ ਕਿਰਿਆ ਦੇ ਰੂਪ ਵਿੱਚ ਵਰਤੇ ਜਾਣ ਤਾਂ ਉਸ ਨੂੰ ਸਹਾਇਕ ਕਿਰਿਆ ਕਹਿੰਦੇ ਹਨ ਸਾਨੂੰ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਇੱਥੇ ਜਦ ਚਾਹੀਦਾ ਵਰਡ ਹੈ ਉਹ ਕੀ ਹੈ ਸਹਾਇਕ ਕਿਰਿਆ ਦਾ ਇੱਕ ਰੂਪ ਹੈ ਸਕਦਾ ਹੈ ਮੈਂ ਪੜ ਸਕਦਾ ਹਾਂ ਸਕਦਾ ਹਾਂ ਚਾਹੀਦਾ ਹੈ ਇਹ ਦੋ ਰੂਪ ਜਦੋਂ ਕਿਰਿਆ ਵਰਤੀ ਜਾਵੇ ਤਾਂ ਸ਼ਬਦ ਕੀ ਹੁੰਦਾ ਹੈ ਕਿਰਿਆ ਸਹਾਇਕ ਕਿਰਿਆ ਹੁੰਦੀ ਹੈ ਤੀਸਰਾ ਹੈ ਮੁਖ ਕਿਰਿਆ ਮੁਖ ਕਿਰਿਆ ਉਹ ਕਿਰਿਆ ਜਿਸ ਵਿੱਚ ਸਹਾਇਕ ਕਿਰਿਆ ਤੋਂ ਬਿਨਾ ਜਾਂ ਸਹਾਇਕ ਕਿਰਿਆ ਦੇ ਨਾਲ ਸ਼ਬਦ ਰੱਖਦਾ ਹੈ ਜਾਣਦਾ ਹੈ ਵਰਤੇ ਜਾਣ ਤਾਂ ਉਸ ਨੂੰ ਮੁੱਖ ਕਿਰਿਆ ਆਖਦੇ ਨੇ ਅਧਿਆਪਕ ਨੇ ਆਪਣੇ ਕੋਲ ਕਈ ਪੁਸਤਕਾਂ ਰੱਖਦਾ ਹੈ ਜਿਹੜਾ ਅਧਿਆਪਕ ਆਪਣੇ ਕੋਲ ਕਹਿੰਦੇ ਕਈ ਪੁਸਤਕਾਂ ਰੱਖਦਾ ਹੈ ਇਹਦੇ ਚ ਕਿਰਿਆ ਸਿਰਫ ਕਿਹੜੀ ਹੈ ਰੱਖਦਾ ਹੈ ਰਮਨ ਕਈ ਭਾਸ਼ਾਵਾਂ ਜਾਣਦਾ ਹੈ ਜਾਣਦਾ ਹੈ ਤਾਂ ਹੁਣ ਜੇ ਸਾਨੂੰ ਪਤਾ ਲੱਗ ਗਿਆ ਕਿਰਿਆ ਦਾ ਹੋਰ ਕੋਈ ਵੀ ਰੂਪ ਇਸ ਚ ਨਹੀਂ ਵਰਤੇ ਜਾ ਰਿਹਾ ਤਾਂ ਇਹ ਜਿਹੜੀ ਕਿਰਿਆ ਉਹ ਕੀ ਹੈ ਮੁੱਖ ਕਿਰਿਆ ਮੈਨੂੰ ਆਸ਼ਾ ਹੈ ਕਿ ਸਭ ਨੂੰ ਇਹ ਕਿਰਿਆ ਦਾ ਟਾਪਿਕ ਇਹਦਾ ਸਮਝ ਆ ਗਿਆ ਹੋਵੇਗਾ ਧੰਨਵਾਦ